ਮੇਰਾ ਪੇਸ਼ ਸਲਾਮੇ ਨਿਆਜ਼ ਕਰਿਆ। ਅੱਖੀਆਂ ਤਰਸ ਗਈਆਂ ਸ਼ਮਸ਼ਾਦ ਦੀਆਂ, ਅੱਖੀਆਂ ਤਰਸ ਗਈਆਂ ਸ਼ਮਸ਼ਾਦ ਦੀਆਂ, ਇਤਨਾ ਆਖੀ ਨਾ ਕਿੱਸਾ ਦਰਾਜ਼ ਕਰਿਆ। ਉਸਤਾਦ ਨੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਇੱਕ ਮਕਾਮ ਤੇ ਫਰਮਾਨੇ ਸੇ ਕਿ ਕਾਸਸ ਨੂੰ ਬਹੁਤ ਲਮਹੇ ਨਾ ਦੇਣਾ ਗੁਫ਼ਤਗੂ ਕੋ ਤੂਲ, ਮੁਖਤਸਰ ਇਹ ਕਹਿਣਾ ਆਖੇ ਤਰਸ ਗਈ, ਮੁਖਤਸਰ ਇਹ ਕਹਿਣਾ ਆਖੇ ਤਰਸ ਗਈ। ਤੇ ਸ਼ਮਸ਼ਾਦ ਸਾਹਿਬ ਨੇ ਸ਼ੇਰ ਦੋਸਤ ਨਜ਼ਰ ਜੀ ਜੀ ਸੁਣ ਰੱਖੋ ਜਨਾਬ, ਮੇਰੇ ਬਹੁਤ ਅੱਛੇ ਦੋਸਤ ਮੇਰੇ ਸਤਾਰ ਨਵਾਜ਼ ਔਰ ਰਾਜਾ ਸ਼ੋਇਬ ਕਿਆਨੀ ਸਾਹਿਬ ਨੇ ਉਸਤਾਦ ਮੁਹਤਰਮ ਜਨਾਬ ਹਾਜੀ ਸਦਾਗਰ ਹੁਸੈਨ ਖਾਜਾ ਸਾਹਿਬ ਉਹਨਾਂ ਨੇ ਫਰਮਾਇਆ ਸ਼ੁਕਰ ਸ਼ੇਰਾ, ਉਹਨਾਂ ਨੇ ਦੋਸਤ ਔਰ ਮੇਰੇ ਦੋਸਤ ਮਲਕ ਸ਼ਾਹਬ ਸਾਹਿਬ, ਇਰਫਾਨ ਸਾਹਿਬ, ਸਰਦਾਰ ਜ਼ੁਲਫਕਾਰ ਸਾਹਿਬ ਔਰ ਜਿਤਨੇ ਅਹਿਬਾਬ ਵੀ ਹੈ, ਮੈਂ ਸਾਰਿਆਂ ਦੀ ਫਰਮਾਇਸ਼ ਮੁਤਾਬਕ ਇਹ ਸ਼ੇਰ ਪੜ੍ਹਨਾ ਦੋਸਤੋ ਨਜ਼ਰ ਕਰਨਾ ਸ਼ੇਰ ਅਨਾਥ ਜੀ ਸਮਾਈ ਉੱਡ ਮੇਰੇ ਤਖੈਲ ਦੀਆਂ ਸ਼ਾਬਾਜ਼ਾ, ਉੱਡ ਮੇਰੇ ਤਖੈਲ ਦੀਆਂ ਸ਼ਾਬਾਜ਼ਾ, ਤੈਬਾ ਕੋਲ ਜਾਨੀ ਦੀ ਪਰਵਾਹ ਕਰਿਆ। ਮੈਂ
ਤੁਸਾਂ ਸਾ ਦੁਆ ਕਰਨਾ ਕਿ ਅੱਲਾ ਤੁਹਾਨੂੰ ਇਸ਼ਕ ਨਾ ਉਹ ਜਜ਼ਬਾ ਅਤਾ ਕਰੇ ਜਿਹੜਾ ਉਹ ਐਸੇ ਕਰਨੀ ਨੂੰ ਮਿਲਿਆ ਔਰ ਜਿਹੜਾ ਮੌਲਾਨਾ ਜਾਮੀ ਨੂੰ ਮਿਲਿਆ ਅੱਲਾ ਤੁਹਾਨੂੰ ਉਹ ਅਤਾ ਕਰੇ ਅੱਲਾ ਇਮਾਨ ਸਲਾਮਤ ਰਵੇ ਔਰ ਤੁਹਾਡੇ ਵਾਸਤੇ ਖੈਰ ਔਰ ਬਰਕਤ ਹੋਵੇ ਆਖਰੀ ਸ਼ੇ ਮੈਂ ਦੋਸਤੋ ਨਜ਼ਰ ਕਰਸਾਂ ਇਹ ਜ਼ਿੰਦਗੀ ਨੇ ਮਿਲੇ ਸ਼ਾਇਦ ਤੋਂ ਬਾਅਦ ਅਗਰ ਮੈਂ ਹੋਵਾਂ ਜਾਂ ਨਾ ਹੋਵਾਂ ਤੂੰ ਜਮਾਂ ਇੱਕ ਹਵਾ ਹੈ ਬਾਕੀ ਰਹਿ ਜਾਣ ਦੋਸਤੋ ਨਜ਼ਰ ਹੈ ਅੱਲਾ ਫਾਜੀ ਦੀ ਰਾਤੋਂ ਤੇ ਵਾਹੀ ਵਾਹ ਸਤਿ ਸ਼੍ਰੀ ਅਕਾਲ।